ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਗਾਵਾਂ, ਤਹਿਸੀਲ ਅੰਮ੍ਰਿਤਸਰ ਅਤੇ ਜ਼ਿਲ੍ਹਾ ਵੀ ਅੰਮ੍ਰਿਤਸਰ, ਲਾਗੇ ਕੱਥੂ ਨੰਗਲ ਜਨਮ ਸਥਾਨ ਬਾਬਾ ਬੁੱਢਾ ਜੀ ਅਤੇ ਮਜੀਠਾ ਵੀ ਇੱਦਾਂ ਲਾਗੇ ਪੈ ਜਾਂਦਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਗਾਵਾਂ ਦਿਖਾਉਣੀਆਂ। 6 ਵੀਰ ਕੋਲ ਆਪਾਂ ਪਹੁੰਚੇ, ਅਤੇ ਇਹਨਾਂ ਦੇ ਵਿੱਚੋਂ ਕੁਝ ਸੂਈਆਂ ਅਤੇ ਕੁਝ ਗੱਭਣਾ। ਆਹ ਜਿਹੜੇ ਬੱਚੇ ਇਹਨਾਂ ਦੇ, ਆਹ ਦੇਖ ਸਕਦੇ ਜੀ। ਅਤੇ ਹੁਣ ਗੱਲਬਾਤ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਸਾਰੀ ਡਿਟੇਲ, ਇਕੱਲਾ ਇਕੱਲਾ ਪਸ਼ੂ ਤੁਹਾਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਕੀ ਹਾਲ ਚਾਲ ਜੀ? ਚਲੋ ਵਧੀਆ ਚਾਹੀਦਾ। ਨਾਮ ਦੱਸ ਦਿਓ ਘਰੇ ਆਪਣਾ। ਨਾਮ ਵੀਰ ਜੀ ਸ਼ਿਵਦਾਸ ਸਿੰਘ। ਹਾਂਜੀ, ਪਿੰਡ ਚਗਾਵਾਂ ਰੂਪਵਾਲੀ, ਨਜ਼ਦੀਕ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥਾ ਨੰਗਲ। ਠੀਕ ਹੈ। ਹਾਂਜੀ, ਤੇ ਫੋਨ ਨੰਬਰ ਵੀ ਕਰੀ ਬੋਲ। ਫੋਨ ਨੰਬਰ ਵੀਰ ਜੀ 6284-3670। ਠੀਕ ਹੈ। ਹਾਂਜੀ, ਤੇ ਇੱਥੋਂ ਆਪਾਂ ਨੂੰ ਬਟਾਲਾ ਕਿੰਨਾ ਪੈ ਜਾਂਦਾ? ਬਟਾਲਾ ਵੀਰ ਜੀ ਇੱਥੋਂ ਹੈਗਾ ਆਪਾਂ 20 ਕਿਲੋਮੀਟਰ। ਤੇ ਅੰਮ੍ਰਿਤਸਰ ਕਿੰਨਾ ਪੈ ਜਾਂਦਾ? ਅੰਮ੍ਰਿਤਸਰ ਵੀਰ ਜੀ 20 ਕਿਲੋਮੀਟਰ ਹੀ। ਅੱਛਾ, ਬਟਾਲਾ 20 ਤੇ ਅੰਮ੍ਰਿਤਸਰ ਵੀ 20 ਹੈ। ਠੀਕ ਹੈ, ਤੇ ਕਰੀਏ ਸ਼ੁਰੂ ਫਿਰ ਨਾ ਆਪਾਂ। ਹਾਂਜੀ ਹਾਂਜੀ, ਠੀਕ। ਸ਼ੁਰੂਆਤ ਜਿਹੜੀ ਆਪਾਂ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਹੈ। ਕਿੰਨਵਾਂ ਸੂਆ ਸੋਈ ਵੀਰ ਜੀ? ਦੂਸਰਾ ਸੂਆ ਸੋਈ ਕਿੰਨਾ ਚਿਰ ਹੋਇਆ? ਸੋਈ ਨੂੰ ਪੰਜਵਾਂ ਦਿਨ ਆ। ਕਿੰਨਾ ਕੁ ਦੁੱਧ ਤਿਆਰ ਜੀ? 15 ਲੀਟਰ ਦੁੱਧ ਤਿਆਰ ਹੈ ਵੀਰ ਜੀ ਥੱਲੇ। 15 ਲੀਟਰ ਤਿਆਰ ਬਿਲਕੁਲ। ਤੇ ਬੱਚਾ ਕੀ ਹੈ ਇਹਦੇ ਮਗਰ? ਬੱਚਾ ਹੈ, ਬੱਚਾ ਹੈ ਵੀਰ ਜੀ ਹੈਗਾ। ਕਿਹੜਾ ਬੱਚਾ ਜੀ? ਅੱਛਾ, ਠੀਕ ਹੈ ਠੀਕ। ਤੇ ਕਿੰਨਾ ਕੁ ਦੁੱਧ ਚਵਾ ਸਕਦੀ ਜੀ? ਦੁੱਧ ਵੀਰ ਜੀ ਜਿਹੜਾ ਚੰਗਾ ਇਹਦੇ ਕੋਲ ਦੁੱਧ ਮੌਕੇ ਦੇ, ਜਿਹੜਾ 15 ਲੀਟਰ ਤਿਆਰ ਦੱਸਦੇ। ਠੀਕ ਹੈ ਵੀਰ ਜੀ, ਲੈ ਜਾਓ ਜੀ। ਬਾਕੀ ਥਣਾਂ ਦਾ ਗੈਪ ਤੇ ਸਾਈਜ਼ ਵੀ ਚੰਗਾ। ਲੈ ਜਾਓ ਲੈ ਜਾਓ। ਦੇਖ ਸਕਦੇ ਥਣਾਂ ਦਾ ਸਾਈਜ਼ ਵੀ ਅਤੇ ਗੈਪ ਵੀ। ਠੀਕ ਹੈ, ਲੈ ਜਾਓ ਜੀ। ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਤੁਹਾਨੂੰ ਇੱਕ ਹੋਰ ਦਿਖਾਉਣੀ ਹੈ। ਇਹ ਜਿਹੜੀ ਅਜੇ ਗੱਭਣ ਆ, ਥਾਂ ਇਹਦੇ ਵੀ ਇੱਕ ਦੇਖ ਸਕਦੇ ਜੀ। ਇਹ ਵਿੱਚ ਸੂਆ ਕਿੰਨਵਾਂ ਸੋਨਾ ਜੀ? ਤੀਸਰਾ ਸੂਆ ਸੋਨਾ ਹੈ। ਤੇ ਕਿੰਨਾ ਕੁ ਟਾਈਮ ਅਜੇ? 1-2 ਦਿਨ ਹੀ ਖੜੂਗੀ ਇਹ। ਅੱਛਾ, 1-2 ਦਿਨ ਲੈ ਜਾਊਗੀ। ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਵਿੱਚ 15-16 ਕਿਲੋ ਰਮਾਨ ਨਾਲ ਦੇ ਦੋਗੇ। ਅੱਛਾ, 15-16 ਲੀਟਰ ਦੇ ਦੋਗੀ। ਤੇ ਇਹਦਾ ਮੁੱਲ? ਇਹ 30,000 'ਚ ਛੋਟ ਕਰ ਦਾਂਗੇ ਵੀਰ ਜੀ। 30,000 'ਚ ਛੋਟ ਕਰੋਗੇ? ਲਿਆ ਫਿਰ ਖੋਲੋ ਤੋਰੀ ਇਹਨਾਂ। ਆਹ ਦੇਖ ਸਕਦੇ ਜੀ, 30,000 'ਚ ਛੋਟ ਜਿਹੜੇ ਵੀਰ ਜੀ ਹੁਣ ਕਹਿੰਦੇ ਕਿ ਇਹਦੀ ਆਪਾਂ ਕਰਾਂਗੇ ਹਵਾਨਾ, ਜਿਹੜਾ ਚੰਗਾ ਤਿਆਰ ਕਰਨ ਦੀ ਇਹ ਵੀ। ਠੀਕ ਹੈ ਵੀਰ ਜੀ, ਅੱਜ ਲੈ ਆਓ ਜੀ। ਠੀਕ ਹੈ ਠੀਕ ਹੈ, ਚਲੋ ਕੋਈ ਨਹੀਂ, ਰਹਿਣ ਦਿਓ। ਆ ਜਿਓ ਦੇਖ ਸਕਦੇ ਹਵਾਨਾ ਇਹਦਾ, ਤੇ ਸੋਨ ਤੱਕ ਹਵਾਨਾ ਜਿਹੜਾ ਹੋਰ ਤਿਆਰ ਕਰੂਗੀ। ਹੁਣ ਤੁਹਾਨੂੰ ਤੀਸਰੇ ਨੰਬਰ 'ਤੇ ਇੱਕ ਜਰਸੀ ਤੁਹਾਨੂੰ ਦਿਖਾਉਣੀ ਹੈ। ਥਾਣੇ ਦੇ ਵੀ ਇੱਕ ਵਾਰੀ ਲੱਗ ਰਿਹਾ, ਤੁਹਾਨੂੰ ਦਿਖਾ ਦਈਏ ਸਾਈਜ਼ ਥਣਾਂ ਦਾ, ਆਪਾਂ ਦੇਖ ਸਕਦੇ ਇਹਦੇ ਗੈਪ ਵੀ ਦੇਖ ਸਕਦੇ। ਇਹਦੇ ਬਾਰੇ ਵੀ ਆਪਾਂ ਵੀਰ ਤੋਂ ਪੁੱਛਦੇ, ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨੂੰ? ਇਹ ਵੀਰ ਜੀ ਕੱਲ ਦੀ ਸੂਈ ਬਣੇ ਦੀ। ਅੱਛਾ, ਹਾਂਜੀ। ਤੇ ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਇੱਕ ਵੀਰ ਜੀ 10,000 ਕਿਲੋ ਜੇ ਬੋਲਾ ਹੋਊਗਾ, ਸਾਫ ਨਹੀਂ ਕੀਤੀ। ਠੀਕ ਹੈ, ਹਾਂਜੀ। ਤੇ ਕਿੰਨਾ ਕੁ ਦੁੱਧ ਚਵਾ ਸਕਦੀ ਜੀ? ਦੁੱਧ ਦੇ ਦਿਓ ਵੀਰ ਜੀ 15 ਕਿਲੋ ਰਮਾਨ ਨਾਲ। ਅੱਛਾ, 15 ਲੀਟਰ ਇਹ ਵੀ ਦਈ ਜਾਊਗੀ। ਤੇ ਸੂਆ ਕਿੰਨਵਾਂ ਜੀ? ਸੂਆ ਦੂਜੇ ਵੀਰ ਜੀ, ਦੂਸਰਾ ਵਾ। ਹਾਂਜੀ, ਤੇ ਬੱਚਾ ਕੀ ਜੀ ਇਹਦੇ ਮਗਰ? ਬੱਚਾ ਵੱਛਾ ਵੀਰ ਜੀ ਦਾ। ਅੱਛਾ, ਇਹਦਾ ਮਗਰ ਬੱਚਾ, ਚਲੋ ਬੱਚਾ ਦਿਖਾ ਦਿੰਦੇ ਆਪਾਂ। ਫਿਰ ਇਹਦਾ ਮੁੱਲ ਕੀ ਰੱਖਣਾ ਜੀ? ਮੁੱਲ ਵੀਰ ਜੀ 35,000 ਛੋਟ ਕਰਦਾ। 35 'ਚ ਛੋਟ ਕਰੋਗੀ? ਖੋਲੋ ਫਿਰ ਤੋਰੀਏ ਇਹਨਾਂ ਨੂੰ। ਸੂਆ ਜਿਹੜਾ ਇਹਦਾ ਦੂਸਰਾ, 15 ਕੁ ਲੀਟਰ ਦੇ ਦੁੱਧ ਕਰੀਬ ਜਿਹੜਾ ਵੀਰ ਜੀ ਨੇ ਗਿੰਦੀ ਕੇ ਵਿੱਚ ਚਵਾਈ ਜਾਊਗੀ।
ठीक है वीर जी, लै जी सूआ जिहड़ा इहदा दूसरा। जी धन्यवाद, चौथे नंबर से एक काफ़ी खूबसूरत एक धन्यवाद दिखाई है जी। जी गबन आ सूआ वेखन पहला ही लगता है, दसगी वीर जी ये बारे भी। अच्छा थोड़ा डर रस्सी तो कर दी थोड़ा जी, बाकी कद काठ थी जड़ी चंगी है। 42,000 च छोट जी वीर जी ने कहते कि आप इहदी करनी लै जा, लै जा वीर जी लै जा, ठीक है कोई गल बात नहीं। हाँ जी हाँ जी बनू बनूगी बहुत। हाँ जी लै जा घुमा के लै जा, चेहरा भी एक लग रहा देख सकते जी, सोहनी वैड है जी। हम जी धनवा चौथे नंबर से एक पंजे नंबर से एक होर जर्सी तुम दिखाई दसीए भी जी ए बारे भी। तीसरा दिन हो गया सूई नू, सूआ किनवा जी अच्छा पहला ही सूआ मूह दो दंद कि दुद्ध पहले सूए च पाई जाऊगी। गैप थना जो चंगा ला जा जी, 22,000 च मानता वीर जी होने कहते जो आप करा गे। बाकी साई वाल जर्सी क्रॉस है जी, वाली थोड़ा गैप आप पिछले देख सकते चंगा साई जी जरा अजे तैयार करूगी। होर छेवे नंबर दिखाई है बार कट के दिखाने दसिए वीर जी किनवा सूआ जे तीसरा सूआ सूई है किन्ना चिर होया सूई नू महीना हो गया बच्चा गया बच्चा मगर बछी है दुध किन्ना 9 लीटर लिया खोलो तोरी करी देख सकते जी दुध ए 9 लीटर दस दे वीर जी सूआ तीसरा मगर भी ए बछी है थोड़ा काली पैंदी है ठीक है वीर जी ला जाओ जी रस्सी दी कर दी है थोड़ी जी देख सकते भाई थोड़ा एदा भी जो मुल होना आप पुछ लेंगे चोन चोन चीर जी ओके पूरी अच्छा मानतन कर दो ठीक है वीर जी कहना कुछ और फिर ठीक है वीर जी बहुत बहुत धन्यवाद जी। हाँ जेडे पशु वीर जी होना ने छे बकाऊ किए बाकी कोई वीर इतने आ गया अपनी तसली करके चवाई करके पास करके खड़े जी। हाँ जी दोस्तों वीडियो में पूरा देखने ली बहुत बहुत।